ਸਤਿਗੁਰ ਜੀ ਸਾਰਿਆਂ ਨੂੰ ਸੋਨਦਾ ਹੂੰ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਨਵੇਂ ਕਾਨੂੰਨ ਜਿਹੜੇ ਬਣੇ ਹੋਏ ਨੇ ਆ ਚੁੱਕੇ ਨੇ ਜਿਨ੍ਹਾਂ ਦੇ ਨਾਲ ਇਟਲੀ ਦੇ ਵਿੱਚ 1,51,000 ਬੰਦਿਆਂ ਦੀ ਐਂਟਰੀ ਹੋਵੇਗੀ 2024 ਦੇ ਇਮੀਗ੍ਰੇਸ਼ਨ ਦੇ ਨਾਲ ਜਿਸ ਨੂੰ ਅਸੀਂ ਕਹਿੰਦੇ ਆ ਜੀ ਦੇਖ ਰਹੇ ਤੋਂ ਫਲੂ ਇਟਲੀ ਦੇ ਵਿੱਚ ਹਰ ਸਾਲ ਪੇਪਰ ਖੋਲਦੇ ਆ ਜਿਨ੍ਹਾਂ ਦਾ ਕਲਿਕ ਡੇ ਸਰਕਾਰ ਦੱਸਦੀ ਹੈ ਇਸ ਸਾਲ ਜਿਹੜੇ ਪੇਪਰ ਖੁੱਲੇ ਨੇ ਇਹਨਾਂ ਦਾ 18 ਮਾਰਚ ਸਵੇਰੇ 9 ਵਜੇ ਜਿਹੜੇ ਸਾਲ ਵਾਲੇ ਪੇਪਰ 21 ਮਾਰਚ ਸਵੇਰੇ 9 ਵਜੇ ਜਿਹੜੇ ਆ ਡੋਮੈਸਟਿਕ ਪੇਪਰ 25 ਮਾਰਚ ਸਵੇਰੇ 9 ਵਜੇ ਸੀਜ਼ਨਲ ਵਰਕ ਪਰਮਿਟ ਦੇ ਜਿਹੜੇ ਪੇਪਰ ਆ ਇਹਨਾਂ ਦਾ ਕਲਿਕ ਡੇ ਹੋਵੇਗਾ ਇਹਨਾਂ ਦੀਆਂ ਫਾਈਲਾਂ ਭਰਨ ਦੀ ਤਿਆਰ ਤਿਆਰ ਹੋਣੀ ਸ਼ੁਰੂ ਹੋ ਗਈਆਂ ਨੇ ਸਭ ਤੋਂ ਮੇਨ ਗੱਲ ਇਹ ਜਿਹੜੇ ਪੇਪਰ ਆ 31 ਦਸੰਬਰ 2024 ਤੱਕ ਖੁੱਲੇ ਰਹਿਣਗੇ ਅਤੇ ਉਸ ਤੋਂ ਬਾਅਦ ਅਗਲੇ ਸਾਲ ਫਿਰ ਫਰਵਰੀ ਨੂੰ ਇਹਨਾਂ ਪੇਪਰਾਂ ਦੇ ਵਿੱਚ ਤੁਸੀਂ ਆਪਣਾ ਦਮੰਦਾ ਕਰ ਸਕਦੇ ਹੋ ਜੇਕਰ ਤੁਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਪੇਪਰ ਭਰਵਾਇ ਸੀ ਤੁਹਾਡੇ ਹੁਣ ਤੱਕ ਪੇਪਰ ਨਹੀਂ ਨਿਕਲੇ ਤੁਹਾਡਾ ਏਜੰਟ ਤੁਹਾਨੂੰ ਕੁਝ ਨਹੀਂ ਦੱਸ ਰਿਹਾ 99% ਚਾਂਸ ਹੈ ਕਿ ਤੁਹਾਡੇ ਪੇਪਰ ਫੋਰਿਕ ਹੋ ਤਾਂ ਆਊਟ ਆਫ ਕੋਟਾ ਗੈਰ ਹੁਣ ਜੇਕਰ ਤੁਸੀਂ ਕੋਟੇ ਤੋਂ ਬਾਹਰ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਜਿਹੜੇ ਪੇਪਰ ਨਿਕਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਇਸ ਕਰਕੇ ਤੁਸੀਂ ਆਪਣੇ ਪੇਪਰ ਦੁਆਰਾ ਆਪਣੇ ਏਜੰਟ ਤੋਂ ਪ੍ਰਵਾਸ ਸਕਦੇ ਜਾਂ ਫਿਰ ਬਿਨਾਂ ਦੱਸੇ ਤੁਹਾਨੂੰ ਉਹ ਆਪ ਹੀ ਪਰ ਦੇਵੇਗਾ ਸਾਬ ਤੋਂ ਮੇਨ ਅਤੇ ਜ਼ਰੂਰੀ ਗੱਲ ਜਿਹੜੀ ਆਪਣੇ ਵੀਰਾਂ ਨੂੰ ਨਹੀਂ ਪਤਾ ਜੋ ਇਟਲੀ ਦੇ ਵਿੱਚ ਆਣਾ ਚਾਹੁੰਦੇ ਆ ਜ਼ਿਆਦਾਤਰ ਇਟਲੀ ਦੇ ਵਿੱਚ 9 ਮਹੀਨੇ ਸਾਲ ਵਾਲੇ ਜਾਂ ਡੋਮੈਸਟਿਕ ਪੇਪਰ ਆਉਣ ਦੇ ਲਈ ਏਜੰਟਾਂ ਦਾ ਹੀ ਸਹਾਰਾ ਲਿਆ ਜਾਂਦਾ ਜੇਕਰ ਤੁਹਾਨੂੰ ਕੋਈ ਵੀ ਏਜੰਟ ਮਿਲ ਰਿਹਾ ਜੀ 9 ਮਹੀਨੇ ਦੇ ਪੇਪਰਾਂ ਤੇ ਪੈਸੇ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਸਪੈਸ਼ਲੀ ਜੇਕਰ ਤੁਸੀਂ ਸਿਰਫ ਐਂਟਰੀ ਕਰਕੇ ਇਟਲੀ ਚ ਹੋਣਾ ਚਾਹਦੇ ਆ ਜੀ ਕਿ ਮੈਂ ਜਿੰਦਾ ਕਿੰਦਾ ਹੋ ਜਾ ਕੇ ਇਟਲੀ ਪਹੁੰਚ ਜਮਾ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਉਸ ਸਿਚੁਏਸ਼ਨ ਦੇ ਵਿੱਚ ਪੈਸਿਆਂ ਨੂੰ ਇੱਕ ਜਗ੍ਹਾ ਰੱਖ ਕੇ ਭਾਵੇਂ ਤੁਸੀਂ ਅੱਗ ਲਾ ਦਿਓ ਫੂਕ ਦਿਓ ਕਿਉਂਕਿ ਪੈਸੇ ਫੂਕੇ ਜਾਂ ਇਟਲੀ 'ਚ ਐਂਟਰੀ ਕਰਾਈ ਇੱਕ ਬਰਾਬਰ ਹੁੰਦਾ ਉਸ ਤੋਂ ਬਾਅਦ ਜੇ ਤੁਹਾਨੂੰ ਮਾਲਕ ਕਹਿੰਦਾ ਕਿ ਤੁਹਾਨੂੰ ਪੱਕਾ ਵੀ ਕਰਵਾਵੇਗਾ ਉਹ ਚਾਂਸ ਜ਼ਿਆਦਾ ਕਿਉਂਕਿ ਪੱਕਾ ਹੋ ਜਾਂਦਾ ਇਟਲੀ ਦੇ ਵਿੱਚ ਜਿਹੜੇ 80% ਬੰਦਿਆਂ ਦੇ ਐਂਡਰ ਹੋਣਾ ਜਿੰਨੇ ਵੀ 40000 50000 ਬੰਦਿਆਂ ਦੇ ਐਂਡਰ ਹੋਣਾ ਉਹਨਾਂ ਦੇ ਵਿੱਚ ਜੇ 50000 ਬੰਦਾ ਐਂਡਰ ਹੋ ਗਿਆ ਤਾਂ ਉਹਦੇ ਵਿੱਚ 40 45000 ਬੰਦਾ ਤਾਂ ਵੈਸੇ ਹੀ ਪੱਕਾ ਨਹੀਂ ਹੋਣਾ ਕਿਉਂਕਿ ਸਰਕਾਰ ਨੇ ਅਗਲੇ ਸਾਲ ਇਹ ਜਿਹੜੇ ਬੰਦੇ ਆਏ ਆ ਇਹਨਾਂ 'ਚ ਪੱਕੇ ਕਰਨ ਲਈ 5 ਜਾਂ 7000 ਬੰਦੇ ਦਾ ਕੋਟਾ ਹੀ ਰੱਖਣਾ ਪਿਛਲੇ ਸਾਲ ਜਿਹੜਾ ਸੀਜ਼ਨਲ ਵਰਕ ਪਰਮਿਟ ਤੇ ਆਊਗਾ ਉਹਨੂੰ 5000 50000 ਆਇਆ 60000 ਆਇਆ 70000 ਆ ਉਹਦੇ ਵਿੱਚੋਂ ਸਿਰਫ ਅਤੇ ਸਿਰਫ 4 ਜਾਂ 5 ਬਰਸਤ ਹੀ 5000 ਬੰਦੇ ਹੀ ਪੱਕੇ ਕਰਨਗੇ ਤੇ ਇਸ ਹਿਸਾਬ ਨਾਲ ਦੂਜੇ ਬੰਦੇ ਭਾਵੇਂ ਟੈਕਸ ਦਾ ਲਿਜਨ ਚਾਹੇ ਜੋ ਮਰਜੀ ਕਰੀ ਜਾਣ ਉਹਨਾਂ ਦੇ ਪੇਪਰ ਨਿਕਲਣੇ ਮੁਸ਼ਕਲ ਹੋ ਜਾਂਦੇ ਆ ਇਹਦੇ ਵਿੱਚ ਸਿਰਫ ਇੱਕ ਹੀ ਇਸ ਹਾਲਾਤ ਦੇ ਵਿੱਚ ਸਿਰਫ ਇੱਕ ਹੀ ਕੰਮ ਕੀਤਾ ਜਾ ਸਕਦਾ ਹੈ ਉਹ ਹੈ ਜੀ ਵਕੀਲ ਦਾ ਸਹਾਰਾ ਤੇ ਵਕੀਲ ਮਹਿੰਗੇ ਬਹੁਤ ਹੁੰਦੇ ਆ ਪਰ ਇਹਦੇ ਵਿੱਚ ਗਾਰੰਟੀ ਕੋਈ ਨਹੀਂ ਹੁੰਦੀ ਕਿ ਤੁਹਾਨੂੰ ਜਿਹੜੇ ਪੇਪਰ ਜਿੱਤੇ ਜਣ ਇਸ ਕਰਕੇ ਜੇਕਰ ਤੁਸੀਂ ਸਿਰਫ ਅਤੇ ਸਿਰਫ ਐਂਟਰੀ ਲਵਾ ਕੇ ਇਟਲੀ ਦੇ ਵਿੱਚ ਆਉਣ ਬਾਰੇ ਸੋਚ ਰਹੇ ਹੋ ਸਾਵਧਾਨ ਬਹੁਤ ਖਤਰਨਾਕ ਹੁੰਦੀ ਹੈ ਐਂਟਰੀ ਪੈਸੇ ਜਾਦੇ ਲੱਗਦੇ ਨੇ ਪੈਸੇ ਦੇ ਨਾਲ ਨਾਲ ਕੰਮ ਦੀ ਇੱਥੇ ਕੋਈ ਗਾਰੰਟੀ ਨਹੀਂ ਹੈਗੀ ਇਹਨਾਂ ਦਿਨਾਂ ਦੇ ਵਿੱਚ ਇਟਲੀ ਜੇਸੀ ਫੈਕਟਰੀਆਂ ਦੀ ਗੱਲ ਕਰੀ ਤਾਂ ਫੈਕਟਰੀਆਂ ਦੇ ਵਿੱਚ ਕੰਮ ਬਹੁਤ ਘੱਟ ਹੈ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ 9 ਮਹੀਨੇ ਦੇ ਪੇਪਰਾਂ ਦੇ ਉੱਤੇ ਆ ਕੇ ਤੁਸੀਂ ਕਿਸੇ ਫੈਕਟਰੀ ਦੇ ਵਿੱਚ ਜਾਂ ਤੁਸੀਂ ਟਰਾਲਾ ਚਲਾਉਣ ਲੱਗ ਜਾਓਗੇ ਤਾਂ ਕਿਸੇ ਨੇ ਤੁਹਾਨੂੰ ਫੈਕਟਰੀ ਜਾਂ ਫਿਰ ਟਰਾਲੇ ਦੇ ਉੱਤੇ ਨਹੀਂ ਰੱਖਣਾ ਜਿਹੜੇ 9 ਮਹੀਨੇ ਵਾਲੇ ਪੇਪਰ ਹਨ ਹਾਂਜੀ ਜੇ ਕਿਸੇ ਬੰਦੇ ਦੀ ਜਾਣ ਪਛਾਣ ਹੋਵੇ ਤਾਂ ਕੋਈ ਗੇਮੂਮ ਕਰਕੇ ਕਿੱਟ ਭਰਾ ਕੇ ਤੁਹਾਨੂੰ ਮਾਲਕ ਦੇ ਨਾਲ ਕਿਸੇ ਕੰਮ ਤੇ ਲਵਾ ਸਕਦਾ ਪਰ ਉਹ ਵੀ 100 'ਚ ਇੱਕ ਅੱਧਾ ਦੋ ਬੰਦੇ ਹੋਣਗੇ ਬਾਕੀ ਬੰਦਿਆਂ ਨੂੰ ਸਾਰਿਆਂ ਨੂੰ ਆਪਣੇ ਦੇਡੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਵੱਲ ਦੇਖਣਾ ਪੈਣਾ ਦੇਖਣਾ ਪੈਣਾ ਜੀ ਦਿਹਾੜੀ ਲੱਗਦੀ ਆ ਜਾਂ ਨਹੀਂ ਲੱਗਦੀ ਡਿਪੈਂਡ ਕਰਦਾ ਤੁਸੀਂ ਕੇਸ ਏਰੀਆ ਦੇ ਇਟਲੀ ਦੇ ਵਿੱਚ ਆਂਦੇ ਆ ਜੀ ਉਸ ਹਿਸਾਬ ਦੇ ਨਾਲ ਉੱਥੇ ਤੁਹਾਨੂੰ ਪੈਸੇ ਕਿੰਨੇ ਮਿਲਦੇ ਕਿਸੇ ਪਾਸੇ 5 ਜੀ ਕਿਸੇ ਪਾਸੇ 6 ਕਿਸੇ ਪਾਸੇ 7 ਅਤੇ ਜਿਹੜਾ ਨਵਾਂ ਬੰਦਾ ਉਹਨਾਂ ਨੂੰ ਤਾਂ 3 4 ਜਾਂ 5 ਰੁਪਏ ਦੇ ਹਿਸਾਬ ਦੇ ਨਾਲ ਐਰੋ ਕੈਟ ਦੇ ਹਿਸਾਬ ਦੇ ਨਾਲ ਵੀ ਕੰਮ ਤੇ ਲੈ ਕੇ ਜਾਂਦੇ ਆ ਇਸ ਤੋਂ ਉਲਟ ਜੇਕਰ ਤੁਸੀਂ ਡੋਮੈਸਟਿਕ ਪੇਪਰ ਭਰਵਾਉਗੇ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲੋਂ ਕਿਸੇ ਏਜੰਟ ਦੇ ਕੋਲੋਂ ਉਹਦੇ ਵਿੱਚ ਤੁਹਾਡੇ ਚਾਂਸ ਜ਼ਿਆਦਾ ਹੈ ਤੁਹਾਡੇ ਜਿਹੜੇ ਪੇਪਰ ਰਿਨਿਊ ਹੋ ਜੂਗੇ ਤੁਸੀਂ ਇੱਕ ਸਮੁੰਦਰ ਨਾਲ ਇਟਲੀ 'ਚ ਪੱਕੇ ਹੋ ਜਾਣਾ ਤੁਸੀਂ ਫੈਕਟਰੀਆਂ ਦੇ ਵਿੱਚ ਵੀ ਕੰਮ ਕਰ ਸਕਦੇ ਆ ਪਰ ਜੇ ਤੁਸੀਂ ਆਉਗੇ 9 ਮਹੀਨੇ ਦੇ ਪੇਪਰਾਂ ਦੇ ਤਾਂ ਇਹਦੇ ਵਿੱਚ ਤੁਸੀਂ ਭੁੱਲ ਜਾਓ ਕਿ ਤੁਸੀਂ 4 ਮਹੀਨੇ ਤੋਂ ਬਾਅਦ ਪੱਕੇ ਹੋ ਜਾਓਗੇ ਬਹੁਤ ਘੱਟ ਚਾਂਸ ਨੇ ਇਹ ਨਹੀਂ ਵੀ ਕੋਈ ਪੱਕਾ ਨਹੀਂ ਹੁੰਦਾ ਇਹਦੇ ਵਿੱਚ ਤੁਹਾਡੇ ਅਜੰਡ ਦੀ ਵੀ ਗਲਤੀ ਨਹੀਂ ਸਰਕਾਰ ਨੇ ਇਹ ਇੱਕ ਸਿਸਟਮਿਕ ਜਾਲ ਹੀ ਐਸਾ ਬੁੜਿਆ ਹੋਇਆ ਜਿਹਦੇ ਵਿੱਚ ਆ ਕੇ ਬੰਦਿਆਂ ਨੇ ਫਸਣਾ ਹੈ ਤੇ ਉੱਥੇ ਫਸੇ ਹੀ ਰਹਿ ਜਾਣਾ ਉਸ ਤੋਂ ਅੱਗੇ ਜਾਣਾ ਮੁਮਕਿਨ ਨਹੀਂ ਹੈ 9 ਮਹੀਨੇ ਪੇਪਰ ਜਿਹੜੇ ਬਣੇ ਸੀ ਉਹ ਸਿਰਫ ਬਣੇ ਹੀ ਇਸ ਕਰਕੇ ਸੀ ਕਿ ਮੌਸਮੀ ਕੰਮੇ ਇਟਲੀ ਦੇ ਵਿੱਚ ਆਣ ਜਦੋਂ ਕੰਮ ਖਤਮ ਹੋ ਗਿਆ ਖੇਤੀਬਾੜੀ ਦਾ ਸੀਜ਼ਨ ਖਤਮ ਹੋ ਗਿਆ ਆਪਣੇ ਆਪਣੇ ਦੇਸ਼ ਨੂੰ ਵਾਪਸ ਪਰਤ ਜਾਣ ਉਸ ਤੋਂ ਬਾਅਦ ਦੁਬਾਰਾ ਅਗਲੇ ਸਾਲ ਆਣ ਤੇ ਪਹਿਲੇ ਕਾਨੂੰਨਾਂ ਦੇ ਹਿਸਾਬ ਨਾਲ ਜਿਹੜਾ ਦੋ ਵਾਰ ਜਾਂ ਤਿੰਨ ਵਾਰ ਬੰਦਾ ਇਟਲੀ ਚ ਆ ਜਾਂਦਾ ਸੀ ਉਸ ਤੋਂ ਬਾਅਦ ਉਹਨੂੰ ਪੱਕੇ ਹੋਣਾ ਸੌਖਾ ਹੁੰਦਾ ਹੈ ਤੇ ਹੁਣ ਇਹ ਜਿਹੜੀਆਂ ਸ਼ਰਤਾਂ ਉਹਨਾਂ ਨੇ ਕੱਢਤੀਆਂ ਤੇ ਪੱਕਾ ਥੋੜੇ ਕਿਤੇ ਕਰਦੇ ਹੀ ਨਹੀਂ ਪੱਕੇ ਹੋਣ ਦੇ ਲਈ ਬਹੁਤ ਸਾਰੀਆਂ ਜੜੀਆਂ ਨੇ ਸ਼ਰਤਾਂ ਰੱਖੀਆਂ ਤੇ ਪੂਰੀਆਂ ਕਰਨੀਆਂ ਥੋੜੀਆਂ ਮੁਸ਼ਕਲ ਆ ਤੇ ਵੀ ਆਪਣੇ ਏਜੰਟ ਦੇ ਨਾਲ ਗੱਲ ਵੀ ਕਰ ਲਓ ਮੇਰਾ ਸਾਰਾ ਟੈਕਸ ਭਰ ਦੋ ਫਿਰ ਵੀ ਚਾਂਸ ਹੋ ਜਾਂਦੇ ਆ ਘੱਟ ਜੇਕਰ ਤੁਹਾਡੇ ਹੀ ਏਰੀਆ ਦੇ ਵਿੱਚ ਪੱਕੇ ਹੋਣ ਦੇ ਕੋਟੇ ਦੇ ਵਿੱਚ ਤੁਹਾਡਾ ਨੰਬਰ ਨਾ ਆਵੇ ਤੇ ਬਾਰੇ ਤੁਹਾਨੂੰ ਕੋਈ ਵੀ ਗੱਲ ਦੱਸ ਦਿਆਂ ਜੀ ਪੱਕੇ ਹੋਣ ਦਾ ਕੋਟਾ ਬਹੁਤ ਘੱਟ ਬੰਦੇ ਕਰਦੇ ਆ ਤੇ ਪੱਕੇ ਹੋਣ ਦੇ ਲਈ ਜਿਹੜੀ ਪੇਮੈਂਟਾਂ ਨੇ ਜੋ ਸੁਣਨ ਦੇ ਵਿੱਚ ਆਇਆ ਉਹ ਜ਼ਿਆਦਾ ਹੁੰਦੀਆਂ ਨੇ ਇਹ ਤੁਸੀਂ ਆਪਣੇ ਏਜੰਟ ਦੇ ਨਾਲ ਜਾਂ ਮਾਲਕ ਨਾਲ ਗੱਲ ਕਰਨੀ ਆ ਜੇ ਤੁਹਾਡਾ ਮਾਲਕ ਇਟਾਲੀਅਨ ਆ ਤਾਂ ਉਹ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਕੋਈ ਇੱਕ ਵੀ ਪੈਸਾ ਖਰਚਣ ਦੀ ਲੋੜ ਨਹੀਂ ਪੈਣੀ ਜੇਕਰ ਤੁਹਾਡਾ ਏਜੰਟਾ ਬੰਦਾ ਜਿਹਦੇ ਰਾਹੀਂ ਤੁਸੀਂ ਇਟਲੀ ਆ ਰਹੇ ਤਾਂ ਉਹ ਸਿਚੁਏਸ਼ਨ ਦੇ ਵਿੱਚ ਹਰ ਇੱਕ ਸਰਵਿਸ ਹਰ ਇੱਕ ਚੀਜ਼ ਤੁਹਾਨੂੰ ਐਕਸਟਰਾ ਪੇ ਕਰਨੀ ਪੈ ਸਕਦੀ ਹੈ ਇਸ ਕਰਕੇ ਸੋਚ ਸਮਝ ਕੇ ਕਦਮ ਚੱਕਿਓ ਜੀ ਕੋਸਤਵਾ ਉਧਰ ਹੀ ਜੇ ਅਸੀਂ ਗੱਲ ਕਰੀਏ ਸਾਲ ਵਾਲੇ ਜਿਹੜੇ ਪੇਪਰ ਆ ਉਹਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਜੀ ਉਹਦੇ ਵਿੱਚ ਵੀ ਇੱਕ ਸਮੇਂ ਦੇ ਨਾਲ ਪੱਕੇ ਹੀ ਆ ਇਸ ਕਰਕੇ ਇਟਲੀ ਦੇ ਵਿੱਚ ਆਣਾ ਤਾਂ 9 ਮਹੀਨੇ ਦੇ ਪੇਪਰਾਂ ਦੇ ਉੱਤੇ ਆਣਾ ਤਾਂ ਕੋਸ਼ਿਸ਼ ਕਰਿਓ ਨਾ ਆਇਓ ਨੌਵੀਂ ਦੇ ਪੇਪਰਾਂ ਤੇ ਹਾਂਜੀ ਜੇਕਰ ਤੁਸੀਂ ਇਟਲੀ ਤੋਂ ਕਿਸੇ ਹੋਰ ਪਾਸੇ ਮੂਵ ਹੋਣਾ ਤੁਹਾਡੀ ਪਹਿਲਾਂ ਹੀ ਸਕੀਮ ਹੋ ਤੁਹਾਡੀ ਜਾਣ ਪਛਾਣ ਦੇ ਵਿੱਚ ਕੋਈ ਰਿਸ਼ਤੇਦਾਰ ਹੈਗਾ ਕਿਸੇ ਯੂਰਪ ਦੇ ਦੇਸ਼ ਦੇ ਵਿੱਚ ਜਿੱਥੇ ਤੁਸੀਂ ਜਾ ਸਕਦੇ ਹੋ ਉਹ ਗੱਲ ਵਕਰੀ ਹੋ ਜਾਂਦੀ ਹੈ ਇਟਲੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਥੋੜਿਆ ਜਿਹਾ ਪ੍ਰੋਬਲਮ ਆ ਚੱਲ ਰਹੀਆਂ ਜੀ ਖਰਚਾ ਬਹੁਤ ਹੋ ਰਹੇ ਨੇ ਕੰਮਾਂ ਦੇ ਹਾਲਾਤ ਥੋੜੇ ਠੀਕ-ਠਾਕ ਨੇ ਜਿਹੜੇ ਬੰਦੇ ਫੈਕਟਰੀਆਂ 'ਚ ਲੱਗੇ ਆ ਉਹ ਲੱਗੇ ਨੇ ਫੈਕਟਰੀਆਂ ਦੇ ਵਿੱਚ ਪਿੱਛੇ ਕੰਮ ਬਹੁਤ ਚੱਲਿਆ ਬਹੁਤ ਬੰਦੇ ਕੰਮਾਂ ਤੇ ਲੱਗੇ ਲਾਸਟਲੇ 2 ਸਾਲਾਂ ਦੇ ਵਿੱਚ ਪਰ ਹੁਣ ਇੱਕ ਵਾਰ ਫੇਰ ਥੋੜਾ ਦਾ ਕੰਮ ਘਟ ਗਿਆ ਜੀ ਤੇ ਪਹਿਲ ਹੁੰਦੀ ਹੈ ਜਿਨ੍ਹਾਂ ਬੰਦਿਆਂ ਕੋ ਪੇਪਰ ਆ ਪੱਕੇ ਬੰਦੇ ਨੂੰ ਪਹਿਲ ਹੁੰਦੀ ਫੈਕਟਰੀ ਦੇ ਵਿੱਚ ਵੀ ਤੇ ਜਿਹੜਾ ਨਵਾਂ ਬੰਦਾ 9 ਮਹੀਨੇ ਵਾਲਾ ਪੇਪਰ ਵਾਲਾ ਆਵੇ ਉਹ ਤਾਂ ਉਹਨੂੰ ਬਹੁਤ ਹੀ ਜ਼ਿਆਦਾ ਘੱਟ ਚਾਂਸ ਹੁੰਦੇ ਨੇ ਪੇਪਰ ਪਰ ਹੋਗੇ ਉਹਦੇ ਕੰਟਰੈਕਟ ਹੁੰਦੇ ਇਸ ਕਰਕੇ ਇੱਕ ਵਾਰ ਫਿਰ ਦੱਸਦੇ ਆ 18 ਮਾਰਚ ਸਾਲ ਵਾਲੇ 21 ਮਾਰਚ ਡੋਮੈਸਟਿਕ ਪੇਪਰ ਅਤੇ 25 ਮਾਰਚ ਤੁਸੀਂ ਕਹਿ ਸਕਦੇ ਆ ਕਿ ਬਸ ਪੈਸੇ ਖਰਾਬ ਕਰਨ ਵਾਲੇ 9 ਮਹੀਨੇ ਵਾਲੇ ਪੇਪਰ ਪਰ ਸਭ ਤੋਂ ਵੱਧ ਬੰਦੇ ਇਹਨਾਂ ਪੇਪਰਾਂ ਦੇ ਉੱਤੇ ਹੀ ਆਦੇ ਆ ਹੁਣ ਗੱਲ ਕਰਦੇ ਆ ਜੀ ਆਪਾਂ ਆਪਣੇ ਅਗਲੇ ਅਪਡੇਟ ਦੀ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੋਲੀਆਂ ਬਰੇਸ਼ੀਆ ਦੇ ਇਲਾਕੇ ਮੋਂਟੀਕਿਆਰੀ ਦੇ ਵਿੱਚ ਚੱਲੀਆਂ ਨੇ ਤੇ ਇੱਕ ਬਿਜ਼ਨਸਮੈਨ ਜਿਸ ਦੇ ਉੱਤੇ 8 ਗੋਲੀਆਂ ਦੇ ਨਾਲ ਗੋਲੀਆਂ ਦਾ ਮੀਂਹ ਵਰਸਾਇਆ ਗਿਆ ਉਨਾ ਅੱਠਾਂ ਦੇ ਵਿੱਚੋਂ ਚਾਰ ਗੋਲੀਆਂ ਉਸ ਬਿਜ਼ਨਸਮੈਨ ਬੰਦੇ ਦੇ ਉੱਤੇ ਲੱਗੀਆਂ ਨੇ ਜਿਸ ਦੇ ਉੱਤੇ ਉਹਦੀਆਂ ਲੱਤਾਂ ਤੇ ਬਾਹਾਂ ਦੇ ਉੱਤੇ ਤੇ ਢਿੱਡ ਤੇ ਗੋਲੀਆਂ ਲੱਗੀਆਂ ਨੇ ਤੇ ਇਹ ਜਿਹੜਾ ਇੱਕ ਬਕਾਇਦਾ ਇਦਾਂ ਲੱਗ ਰਿਹਾ ਜਿਦਾ ਕੋਈ ਫਰੋਤੀ ਦੇ ਕੇ ਜਾਂ ਪੈਸੇ ਦੇ ਕੇ ਬੰਦੇ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਹ ਬੰਦਾ ਜਿਸ ਟਾਈਮ ਆਪਣੀ ਗੱਡੀ ਜਿਹੜੀ ਪੋਰਸ਼ ਆਪਣੇ ਘਰ ਨੂੰ ਜਾਣ ਦੇ ਲਈ ਉਹਦੇ ਵਿੱਚ ਬੜਾ ਲੱਗਾ ਸੀ ਉਸ ਵੇਲੇ ਹੀ ਪਿੱਛੋਂ ਦੂਜੇ ਬੰਦੇ ਆਏ ਉਹਨਾਂ ਨੇ ਗੋਲੀਆਂ ਇਸ ਦੇ ਉੱਤੇ ਚਲਾ ਦਿੱਤੀ ਤੇ ਇਹ ਜਿਹੜੇ ਦੋ ਗੱਡੀਆਂ ਦੇ ਵਿੱਚ ਬੰਦੇ ਸਨ ਇੱਕ ਕਾਉਡੀ ਤੇ ਇੱਕ ਕਾਂਗੂ ਤੇ ਉਸ ਤੋਂ ਬਾਅਦ ਹੀ ਉਸ ਤੋਂ ਫਰਾਰ ਹੋ ਗਿਆ ਹੁਣ ਪੁਲਿਸ ਪੂਰੀ ਸੀਸੀਟੀਵੀ ਜੋ ਏਰੀਆ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵੱਲ ਦੇਖਦੇ ਹੋਏ ਇਹਨਾਂ ਦੀ ਭਾਲ ਕਰ ਰਹੀ ਹੈ ਕੋਈ ਤੁਹਾਨੂੰ ਹੋਰ ਗੱਲ ਦੱਸ ਦਿਆਂ ਇਟਲੀ ਦੇ ਹਰ ਇੱਕ ਪਿੰਡ ਦੀ ਐਂਟਰੀ ਅਤੇ ਐਕਸਿਟ ਪੁਆਇੰਟ ਦੇ ਉੱਤੇ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਇਸ ਕਰਕੇ ਕੋਈ ਵੀ ਕਰਾਮ ਕ੍ਰਾਈਮ ਕਰਕੇ ਭੱਜਣਾ ਇੱਥੋਂ ਥੋੜਾ ਜਿਹਾ ਮੁਸ਼ਕਲ ਹੁੰਦਾ ਲਾਸਟ ਲੇ ਅਪਡੇਟ ਵਾਲ ਚੱਲਦੇ ਇਟਲੀ ਦੇ ਵਿੱਚ ਮੌਸਮ ਨੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਕਰਤਾ ਜੇ ਅਸੀਂ ਗੱਲ ਕਰਦੇ ਆਂ ਅੱਜ 4 ਮਾਰਚ ਦਾ ਜਿਹੜਾ ਸਵੇਰੇ 11 ਵਜੇ ਤੱਕ ਦਾ ਅਪਡੇਟ ਸੀਗਾ ਉਹਦੇ ਵਿੱਚ ਦੇਖਿਓ ਸਪੈਸ਼ਲੀ ਨਾਰਥ ਇਲਾਕਾ ਇਟਲੀ ਦਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹੇਰੀ ਤੂਫਾਨ ਆਇਆ ਜਿਵੇਂ ਅਸੀਂ ਦੇਖਦੇ ਇਟਲੀ ਦੇ ਬਹੁਤ ਸਾਰੇ ਇਹੋ ਜਿਹੇ ਏਰੀਏ ਨੇ ਜਿੱਥੇ ਲੋਕ ਫਸੇ ਹੋਏ ਨੇ ਜਿਵੇਂ ਕਿ ਵਾਲੇ ਦੋਸਤਾ ਇਹਦੇ ਵਿੱਚ 6000 ਬੰਦੇ ਜਿਹੜੇ ਫਸੇ ਹੋਏ ਨੇ ਕਿਉਂਕਿ ਪਿਊਮੋਂਟੀ ਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਆ ਚੁੱਕਾ ਹੈ ਜੀ ਟੋਰਿਨੋ ਦੇ ਵਿੱਚ ਸੈਤਿਮੋ ਟੋਰਿਨੇਜ਼ੋ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਸਕੂਲ ਇੱਕ ਬੰਦ ਕਰ ਦਿੱਤਾ ਗਿਆ ਜਿਹੜਾ ਬਾਰ੍ਹਵੀਂ ਦੱਕਾ ਦਾ ਸਕੂਲ ਸੀ ਕਿਉਂਕਿ ਇਹ ਇਲੈਕਟ੍ਰੋਨਿਕ ਪ੍ਰੋਬਲਮ ਪੈ ਗਈ ਉੱਥੇ ਕਲੋਨੀਆ ਦੇ ਵਿੱਚ ਵਾਲੇ ਦੋਸਤਾਂ ਦੇ ਵਿੱਚ ਟੋਟਲ ਦੱਸਿਆ ਜਾ ਰਿਹਾ ਹੈ ਕਿ 80 ਬੰਦੇ ਅਤੇ ਟੂਰਿਸਟ ਫਸੇ ਹੋਏ ਨੇ ਉੱਥੇ ਇੱਕ ਬਰਫ਼ ਦਾ ਜਿਹੜਾ ਤੂਫਾਨ ਕਹਿ ਸਕਦੇ ਉਸ ਤੋਂ ਬਰਫ਼ ਖੇਸੀ ਤੇ ਉਸ ਨੇ ਸਾਰੇ ਆਲੇ ਦੁਆਲੇ ਲੋਕਾਂ ਦੇ ਰਸਤੇ ਵੰਗਰ ਤੇ ਲੋਕਾਂ ਨੂੰ ਉੱਥੇ ਫਸਾ ਦਿੱਤਾ ਹੈ ਇਸ ਟਾਈਮ ਉੱਥੇ ਟਰੈਕਟਰਾਂ ਦੇ ਨਾਲ ਬਰਫ਼ ਨੂੰ ਚੱਕਣ ਦੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤੇ ਨਾਲ ਨਾਲ 20 ਵੀ ਬਹੁਤ ਪੈ ਰਿਹਾ ਜੀ 20 ਮੀਂਹ ਦੇ ਤੂਫਾਨ ਵੀ ਬਹੁਤ ਆ ਰਿਹਾ ਤੇ ਉੱਥੇ ਰਸਤੇ ਦੇ ਵਿੱਚ ਪਾਣੀ ਵੀ ਕਾਫੀ ਖੜਾ ਹੋਇਆ ਤੁਹਾਡੇ ਤੁਸੀਂ ਜਿਸ ਏਰੀਆ ਦੇ ਵਿੱਚ ਹੈਗੇ ਆ ਤੁਸੀਂ ਸਾਨੂੰ ਜਰੂਰ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਸ ਹਿਸਾਬ ਦੇ ਨਾਲ ਹੈ ਜੀ ਤੇ ਜੇਕਰ ਅਸੀਂ ਮੌਸਮ ਦੀ ਗੱਲ ਕਰਦੇ ਆਂ ਤੇ ਦਿਨ ਸੋਮਵਾਰ ਨੂੰ ਦੱਸਿਆ ਜਾ ਰਿਹਾ ਕਿ ਇਟਲੀ ਦੇ ਵਿੱਚ ਇੱਕ ਵਾਰ ਫਿਰ ਅਲਰਟ ਜਾਰੀ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਇਟਲੀ ਦਾ ਜਿਹੜਾ ਸੰਤਰੀ ਰੰਗ ਦਾ ਅਲਰਟ ਜਾਰੀ ਕੀਤਾ ਗਿਆ ਜੀ ਇਹ ਪੀਮੋਂਟੀ ਅਤੇ ਇਮੀਲੀਆ ਰੋਮਾਨੀਆ ਦੇ ਵਿੱਚ ਕੀਤਾ ਗਿਆ ਉਸ ਤੋਂ ਬਾਅਦ ਉੰਬਰੀਆ ਲਾਤਸਿਓ ਬਰੂਟਸੋ ਮូលੀਜ਼ੇ ਕੰਪਾਨੀਆ ਬਾਜ਼ੀਲੀਕਾਤਾ ਪੂਲ ਜਾਂ ਕਲਾਬਰੀਆ ਸਿਚੀਲੀਆ ਵੇਨੇਟੋ ਪੀਮੋਂਤੇ ਲੁੰਬਰ ਦਿਆ ਤੇ ਇਮੀਲੀਆ ਰੋਮਾਨੀਆ ਟਸਕਾਨਾ ਤੇ ਸਰਦੇਨੀਆ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀ ਨੇੜੀ بارش ਆਵੇਗੀ ਪਰ ਉੱਨੀ ਨੇ ਜਿੰਨੀ ਕੇ ਕੁਝ ਪਿਏਮੋਂਤੇ ਅਤੇ ਮੀਲੀਆ ਰੋਮਾਨੀਆ ਦੇ ਵਿੱਚ ਆਣੀ ਕਿਉਂਕਿ ਉੱਥੇ ਸੰਤਰੀ ਔਰੰਜ ਰੰਗ ਦਾ ਅਲਰਟ ਜਾਰੀ ਹੈ ਜਿਹੜੇ ਪਹਾੜੀ ਇਲਾਕੇ ਨੇ ਬਹੁਤ ਹੀ ਤੇਜ਼ ਮੀਂਹੇ ਦੀ ਤੂਫਾਨ ਆਵੇਗਾ ਸਾਵਧਾਨ ਤੇ ਬਾਕੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਨੋਰਮਲ ਹੋਣ ਠੰਡ ਰਹਿਣੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਇਟਲੀ ਦੇ ਵਿੱਚ ਮੌਸਮ ਜਿਹੜਾ ਕਾਫੀ ਖਰਾਬ ਹੋ ਚੁੱਕਾ ਹੈ ਜੀ ਅਤੇ ਹੋਰ ਅਪਡੇਟ ਆ ਰਿਹਾ ਜੀ ਜੇਕਰ ਤੁਸੀਂ ਵੀ ਇਟਲੀ ਦੇ ਇਟਾਲੀਅਨ ਪਾਸਪੋਰਟ ਦੀ ਭਾਲ ਦੇ ਵਿੱਚ ਹੋ ਤੇ ਤੁਹਾਨੂੰ ਜਿਹੜੀ ਅਪਾਇੰਟਮੈਂਟ ਨਹੀਂ ਮਿਲ ਰਹੀ ਕਿ ਤੁਸੀਂ ਆਪਣਾ ਪਾਸਪੋਰਟ ਕਿੱਦਾਂ ਲੈ ਸਕਦੇ ਆ ਤੇ ਇਟਲੀ ਦੇ ਵਿੱਚ ਹੁਣ ਟਰਾਈ ਕੀਤੀ ਜਾ ਰਹੀ ਹੈ ਜੀ ਪਾਸਪੋਰਟ ਨੂੰ ਤੁਸੀਂ ਪੋਸਟ ਆਫਿਸ ਦੇ ਵਿੱਚੋਂ ਹੀ ਲੈ ਸਕਦੇ ਹੋ ਇਟਾਲੀਅਨ ਪਾਸਪੋਰਟ ਦੇ ਉੱਤੇ ਬਹੁਤ ਹੀ ਵੱਡਾ ਅਪਡੇਟ ਅੱਜ ਟਾਈਮ ਮਿਲਾਨ ਦੇ ਵਿੱਚ 11 ਮਾਰਚ ਤੋਂ ਇਸ ਨੂੰ ਅਪਲਾਈ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ ਕਿ ਪ੍ਰੋਜੈਕਟ ਪਾਲਿਸ਼ ਇਸ ਦਾ ਨਾਮ ਰੱਖਿਆ ਗਿਆ ਤਾਂ ਜੋ ਪਾਸਪੋਰਟ ਲੋਕਾਂ ਨੂੰ ਛੇਤੀ ਮਿਲ ਸਕੇ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਐਕਸਪੈਰੀਮੈਂਟ ਨੂੰ ਤਕਰੀਬਨ 7000 ਟੋਟਲ ਪੋਸਟ ਆਫਸਰ ਦੇ ਵਿੱਚ ਲਾਗੂ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚ 15000 ਤੋਂ ਵੱਧ ਦੇ ਘਟ ਰਹਿੰਦੇ ਨੇ ਤੇ ਫਿਲਹਾਲ ਸਿਰਫ 1 ਕਰੋੜ 60 ਲੱਖ ਬੰਦੇ ਹੀ ਇਸ ਪ੍ਰੋਜੈਕਟ ਦਾ ਲੁਤਫ ਉਠਾ ਸਕਣਗੇ ਦਸ ਹੈ ਵੀ ਜਾ ਰਿਹਾ ਕਿ ਮੰਤਰੀਓ ਪਿਆਨਤੇ ਦੋਸ ਹੀ ਜੋ ਇਸ ਮਹਿਕਮੇ ਦੇ ਮੰਤਰੀ ਨੇ ਜਿਹਨਾਂ ਦੇ ਹੱਥ ਦੇ ਵਿੱਚ ਇੱਕ ਮਹਿਕਮਾ ਦਾ ਉਹ ਕਹਿ ਰਹੇ ਨੇ ਜੀ ਕਿ ਅਸੀਂ ਆਪਣੇ ਵੱਲੋਂ ਪੂਰੀ ਜੀ ਜਾਣ ਲਾ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਪਾਸਪੋਰਟ ਛੇਤੀ ਤੋਂ ਛੇਤੀ ਲੋਕਾਂ ਨੂੰ ਮਿਲ ਸਕਣ ਸਭ ਤੋਂ ਵੱਡੀ ਪ੍ਰੋਬਲਮ ਇਹ ਉਦੋਂ ਸ਼ੁਰੂ ਹੋਈ ਇਟਲੀ ਦੇ ਵਿੱਚ ਪਾਸਪੋਰਟਾਂ ਦੀ ਜਦੋਂ ਇੰਗਲੈਂਡ ਨੂੰ ਜਾਰ ਦੇ ਲਈ ਪਾਸਪੋਰਟ ਦੀ ਲੋਡ ਪਈ ਪਹਿਲਾਂ ਇੰਗਲੈਂਡ ਨੂੰ ਜਾਣ ਦੇ ਲਈ ਪਾਸਪੋਰਟ ਦੀ ਲੋਡ ਨਹੀਂ ਪੈਦੀ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਿੰਦੇ ਆ ਜੀ ਨਨਕਾਣਾ ਸਾਹਿਬ ਯਾਤਰਾ ਦਾ ਵਿਸ਼ੇਸ਼ ਟੂਰ ਜੋ ਕਿ ਪਾਕਿਸਤਾਨ ਦੇ ਵਿੱਚ ਜਾਣਾ ਜੀ ਉਹ ਸ਼ੁਰੂ ਹੈ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀਆਂ ਟਿਕਟਾਂ ਜ਼ਰੂਰ ਬੁੱਕ ਕਰਵਾਓ ਸਾਲ ਦੇ ਵਿੱਚ ਦੋ ਵਾਰ ਯੂਰਪ ਤੋਂ ਜਿਹੜਾ ਪਾਕਿਸਤਾਨ ਨੂੰ ਟੂਰ ਲੈ ਕੇ जाया ਜਾਂਦਾ ਜੀ ਗੁਰਧਾਮਾਂ ਦੀ ਯਾਤਰਾ ਵਿਸਾਖੀ ਦੇ ਵਸ ਅਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਨਵੰਬਰ ਦੇ ਵਿੱਚ ਲੈ ਕੇ जाया ਜਾਂਦਾ ਤੇ ਉਸ ਤੋਂ ਬਾਅਦ ਵੀਆਈਪੀ ਸਕਿਉਰਟੀ ਬਦਿਆ ਹੋਟਲ ਖਾਣਾ ਪੀਣਾ ਤੁਹਾਨੂੰ ਬਜ਼ੁਰਗਾਂ ਦੇ ਪਿੰਡ ਗੁਰਦਮ ਪਤਚੀ ਤੋਂ ਵੱਧ ਗੁਰਦਮ ਬਦੀ ਜਿਹੜੀ ਆ ਯਾਤਰਾ ਕਰਵਾਈ ਜਾਂਦੀ ਹੈ ਟੈਲੀਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ ਸੁਲੱਖਣ ਸਿੰਘ ਇਟਲੀ ਬੈਰਗਮੋਂ 3471560734 3471560734 ਟੈਲੀਫੋਨ ਨੰਬਰ ਗੁਰਲਾਗੋ ਦੇ ਵਿੱਚ ਤੁਸੀਂ ਬੀਆ ਮਰੋਨੀ 11 ਦੇ ਵਿੱਚ ਜਾ ਕੇ ਆਪਣੀ ਬੋਕਾ ਕਰਵਾ ਸਕਦੇ ਟਿਕਟਾ ਜਾਂ ਫਿਰ ਆਨਲਾਈਨ ਟਿਕਟ ਵੀ ਤੁਸੀਂ ਕਰਵਾ ਸਕਦੇ ਹੋ ਜ਼ਿੰਦਗੀ ਦੇ ਵਿੱਚ ਇੱਕ ਵਾਰ ਇਸ ਯਾਤਰਾ ਤੇ ਜ਼ਰੂਰ ਜਾਓ ਜਾਂ ਫਿਰ ਆਪਣੇ ਸਿਆਣੇ ਬਜ਼ੁਰਗ ਮਾਤਾ ਪਿਤਾ ਨੂੰ ਜ਼ਰੂਰ ਭੇਜੋ ਜੀ